खट नेम कर कोठड़ी बांधी, बस्ते अनूप बीच पाई, कुंजी कुल्फ प्राण कर रखे, करते बार न लाई। अब मन जागत रहो रे भाई, गाफल होए के जन्म गवायो, चोर मुसे घर जाई रहाओ। पंच पहरुआ दर में रहते, तिनका नहीं पतियारा, चेत सुचेत चित होए रहो, तौले प्रगास उजारा। नौ घर देख जो कामन भूली, बस्ते अनूप न पाई। कहत कबीर नवें घर मुसे, दसवें तत् समाई। वाहिगुरु जी का खालसा, वाहिगुरु जी की फतेह। गुरु सवारी सत्संग जियो, बाणी बिरलो विचार सिंह। जे को गुरमुख होए, ए बाणी महापुरख की निज घर वासा होए। ए पंक्तियां कई बार तुसी पढ़ियां ते सुनियां, अक्सर प्रमाण दे रूप च भी कहा जांदा है बाणी गुरु। गुरु है बाणी, विच बाणी अमृत सारे। गुर बाणी कह सेवक जन माने, प्रतख गुरु निस्तारे। भगत कबीर जी ने आप भी मन्या है, लोग जाने ये गीत है, ये तो ब्रह्म विचार, ज्यो कांसी उपदेश होए, मन समर्थि बार। आम लोगों का ख्याल है कि ये बाणी आम कविता है, गीत है, पर भगत जी इस भुलेखे को दूर कर दें। लोग जाने ये गीत है, ये तो ब्रह्म विचार, ज्यों कांसी उपदेश होए, मन स्मृति बार। इनू आम गीत या कविता ना समझे जाए, ये कोई तुकबंदी नहीं है, ये अनुभवी पुरुषों का अनुभव ज्ञान है। और साढ़े वास्ते ये लाइट हाउस है, चानण मुनारा है, मार्गदर्शक है, सानू जीवन की सफलता दी जुगत समझाता है। इसलिए मैं हमेशा बेनती करदा, भाई इस बाणी नू सिर्फ गीत ना जानी, ये बाणी दी विचार करी। ये बाणी सानू सुत्यां नू जगाउंदी, ये बाणी सानू भुल्लियां नू सीधे रस्ते पाउंदी, ये बाणी सानू जीवन जाच सिखाउण दे नाल नाल मार्गदर्शन कर। तो इस शब्द की रहाओ की पंक्ति अंदर भगत कबीर जी ने गल इतों शुरू की है। अब मन जागत रहो रे भाई, जदों असी किसी नूं संबोधन करना होवे ते भाई कह के बुलाने, रे भाई। जे इस्त्री होवे ते री कह देगा, इत्थे रे भाई, क्योंकि साडा मन जिहड़ा ये पुलिंग है, ते अपने मन नूं आप ही समझाउणा है। ये भी महापुरखां दा बड़ा उत्तम तरीका,
ਕੋਈ ਕਿਸੇ ਨੂੰ ਸਮਝਾਵੇ ਤੇ ਮੈਂ ਦੇਖਿਆ ਅਗਲੇ ਕਹਿੰਦੇ ਤੁਸੀਂ ਠੇਕਾ ਲਿਆ ਤੁਹਾਡਾ, ਤੁਸੀਂ ਸਾਡਾ ਕਿਉਂ ਫਿਕਰ ਕਰਦੇ? ਪਰ ਭਗਤ ਜੀ ਕਹਿੰਦੇ ਭਾਈ ਆਪਣੇ ਮਨ ਨੂੰ ਆਪ ਸਮਝਾਓ। ਗੁਰਬਾਣੀ ਇਹ ਪ੍ਰੇਰਨਾ ਕਰਦੀ ਆਪਣੇ ਮਨ ਨੂੰ ਆਪ ਸਮਝਾਓ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿੋ ਮਾਨ ਲੈ ਮੇਰੋ। ਤੋ ਮਨ ਨੂੰ ਆਪਾਂ ਨੇ ਆਪ ਹੀ ਸਮਝਾਉਣਾ, ਮਨ ਵੀ ਸਾਡਾ ਅਤੇ ਮਨ ਨੂੰ ਸਮਝਾਉਣਾ ਵੀ ਅਸੀਂ। ਅਬ ਮਨ ਜਾਗਤ ਰਹੋ ਰੇ ਭਾਈ, ਹੁਣ ਜਾਗਣ ਅਤੇ ਸੌਣ ਦਾ ਫਰਕ ਤੁਸੀਂ ਸਮਝਦੇ। ਸੁੱਤੇ ਬੰਦੇ ਨੂੰ ਤਾਂ ਲੋਕ ਕਹਿੰਦੇ ਨੇ ਸੁੱਤਾ ਮਰਿਆ ਬਰਾਬਰ ਹੈ, ਸੁੱਤੇ ਨੂੰ ਕੋਈ ਹੋਸ਼ ਨਹੀਂ ਹੁੰਦੀ, ਸੁੱਤੇ ਨੂੰ ਕੋਈ ਪਤਾ ਨਹੀਂ ਹੋ ਰਿਹਾ ਵੀ ਕੀ ਹੋ ਰਿਹਾ। ਇਸ ਲਈ ਸੁੱਤੇ ਨੂੰ ਜਗਾਉਣਾ, ਬਾਣੀ ਸਾਰੀ ਇਹੋ ਹੀ ਪੁਕਾਰ ਪੁਕਾਰ ਕੇ ਕਹਿ ਰਹੀ, ਹੇ ਮਨਾ ਜਾਗ, ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਾਂ ਗਾ ਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਅਸੀਂ ਸੁੱਤੇ ਪਏ ਅਤੇ ਆਪਣੇ ਮਨ ਨੂੰ ਅਸੀਂ ਆਪ ਹੀ ਜਗਾਉਣਾ ਅਤੇ ਜਗਾਉਣ ਵਾਸਤੇ ਗੁਰੂ ਕਾ ਸ਼ਬਦ, ਮਹਾਂਪੁਰਖਾਂ ਦੇ ਬੋਲ ਸਾਨੂੰ ਜਾਚ ਸਿਖਾਉਂਦੇ। ਅਬ ਮਨ ਜਾਗਤ ਰਹੋ ਰੇ ਭਾਈ, ਹੇ ਭਾਈ ਜਾਗਦਾ ਰਹੋ। ਗਾਫਲ ਹੋਏ ਕੈ ਜਨਮ ਗਵਾਇਓ, ਗਾਫਲ ਪੁਣੇ ਵਿੱਚ ਤੂੰ ਆਪਣਾ ਜਨਮ ਦਾ ਬਹੁਤ ਕੀਮਤੀ ਸਮਾਂ ਗਵਾ ਲਿਆ, ਧਿਆਨ ਮਾਰੋ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਪਨ ਦੀ ਇੱਕ ਸਾਖੀ ਆਉਂਦੀ ਹੈ ਕਿ ਮਹਾਰਾਜ ਕੁਝ ਦਿਨ ਸਾਰੀਆਂ ਕਿਰਿਆਵਾਂ ਬੰਦ ਕਰਕੇ ਚਾਦਰਾ ਲੈ ਕੇ ਪਲੰਗ 'ਤੇ ਲੇਟੇ ਹੋਏ ਨੇ। ਮਾਤਾ ਜੀ ਨੂੰ ਬੜਾ ਫਿਕਰ ਹੋ ਗਿਆ, ਨਾ ਰੁਚੀ ਕਰਕੇ ਭੋਜਨ ਖਾਂਦੇ ਨੇ, ਨਾ ਬੱਚਿਆਂ ਨਾਲ ਖੇਡਣ ਜਾਂਦੇ ਨੇ, ਨਾ ਕੋਈ ਕਿਰਿਆ ਕਰਦੇ ਨੇ, ਜਿਵੇਂ ਮਾਵਾਂ ਦੀ ਮਮਤਾ ਹੁੰਦੀ ਹੈ। ਆਪਣੇ ਪਤੀ ਦੇ ਮਹਿਤਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੇ ਵੀ ਤੁਹਾਨੂੰ ਆਪਣੇ ਪਟਵਾਰ ਦੇ ਕੰਮਾਂ ਤੋਂ ਵਿਹਲ ਨਹੀਂ ਮਿਲਦੀ, ਦੇਖੋ ਸਾਡੇ ਬੇਟੇ ਨੂੰ ਕੀ ਗੱਲ ਹੈ, ਇਹ ਪਹਿਲਾਂ ਦੀ ਤਰ੍ਹਾਂ ਕੋਈ ਕਿਰਿਆ ਨਹੀਂ ਕਰਦੇ, ਚਾਦਰਾ ਲੈ ਕੇ ਪੈ ਰਹਿੰਦੇ। ਮਹਿਤਾ ਜੀ ਨੇ ਧਿਆਨ ਦਿੱਤਾ, ਸਾਖੀ ਵਿੱਚ ਆਉਂਦਾ ਹੈ ਵੈਦ ਬੁਲਾਇਆ, ਹੋਰ ਸਿਆਣਿਆਂ ਨੂੰ ਬੁਲਾਇਆ ਅਤੇ ਪਿੰਡ ਦਾ ਜਿਹੜਾ ਮੁੱਲਾ ਸੀ ਉਹ ਵੀ ਆ ਗਿਆ ਅਤੇ ਉਹ ਵੀ ਹਮਦਰਦੀ ਦੇ ਤੌਰ 'ਤੇ ਗੁਰੂ ਨਾਨਕ ਪਾਤਸ਼ਾਹ ਕੋਲ ਬੈਠ ਕੇ ਉਹਨਾਂ ਨੂੰ ਕਹਿਣ ਲੱਗਾ, ਨਾਨਕ ਜੀ ਤੁਹਾਨੂੰ ਕਾਹਦਾ ਫਿਕਰ ਹੈ, ਪਟਵਾਰੀ ਦੇ ਤੁਸੀਂ ਪੁੱਤਰ ਹੋ, ਤੁਹਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਅਤੇ ਤੁਸੀਂ ਕਿਹੜੀਆਂ ਸੋਚਾਂ ਫਿਕਰਾਂ ਵਿੱਚ ਪਏ ਹੋਏ ਹੋ, ਹਾਲੀ ਬੜਾ ਟਾਈਮ ਪਿਆ ਸੋਚਾਂ ਨੇ, ਤੁਸੀਂ ਖਾਓ ਪੀਓ ਮੌਜਾਂ ਲਓ। ਮਹਾਰਾਜ ਸੁਣਦੇ ਰਹੇ, ਜਦੋਂ ਕਾਜ਼ੀ ਨੇ ਮੁੱਲਾ ਦੋ ਕੁ ਵਾਰੀ ਕਿਹਾ ਤੁਹਾਨੂੰ ਕਾਹਦਾ ਫਿਕਰ, ਅਤੇ ਕਾਜ਼ੀ ਕਹਿਣ ਲੱਗਾ, ਨਾਨਕ ਜੀ ਅੱਲਾ ਦਾ ਵਾਸਤਾ ਮੇਰੇ ਨਾਲ ਗੱਲ ਤਾਂ ਕਰੋ, ਖੁਦਾ ਦਾ ਵਾਸਤਾ ਮੈਂ ਤੁਹਾਡੇ ਨਾਲ ਗੱਲ ਕਰਨਾ, ਤੁਸੀਂ ਮੇਰੇ ਗੱਲ ਤਾਂ ਕਰੋ। ਜਦੋਂ ਖੁਦਾ ਦਾ ਵਾਸਤਾ ਪਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਉੱਠ ਕੇ ਬਹਿ ਗਏ, ਦੱਸੋ ਮੁੱਲਾ ਜੀ ਕੀ ਕਹਿੰਦੇ, ਤੁਸੀਂ ਕਹਿ ਰਹੇ ਸੀ ਬੜਾ ਟਾਈਮ ਪਿਆ, ਤੁਹਾਨੂੰ ਕਾਹਦਾ ਫਿਕਰ, ਕਿੰਨਾ ਟਾਈਮ ਹੈ? ਕਹਿਣ ਲੱਗੇ ਮੈਂ ਤਾਂ ਸਹਿਜ ਸਫਾਈ ਗੱਲ ਕੀਤੀ। ਕਹਿੰਦੇ ਨਹੀਂ ਨਹੀਂ ਤੁਸੀਂ ਦੱਸੋ ਕਿੰਨਾ ਟਾਈਮ ਹੈ।
मन लो तुहाडे कहण दे मुताबक जे बंदे दी उम्र 100 साल हो जाए ते 100 सालां विचों 50 साल ते रात चलिया गई ते 50 दिन बाकी किन्ने रह गए 50। उस 50 दी वंड कर लो, कुछ बचपन विच गई, कोई जवानी विच गई, कोई उधर गई, कोई उधर गई, बाकी की रह गए। मुला जी ते फस गए। गुरु नानक पातशाह कहणगे मुला जी भुलेखे विच ना रहो, हम आदमी हाँ इकदमी, मोहलत मोहत न जाना, नानक बिन वह तिसै सिरे वो, जाके जी पराना। आख्या एवें भुलेखे विच ना रहा, साडा नाम है आदमी, दम आया ते आदमी, दम आउणों रुक गया ते छुट्टी, ते तुसीं आंदे हो बड़ा टाइम पिया। तो गल की सारी गुरबाणी साडे गाफल पुणे नूं वेख के सानूं जगा रही। अब मन जागत रहो रे भाई, हे मेरे मन जागदा रहो, गाफल होए कै जन्म गवायो। तू बेपरवाह होके अपना सारा जन्म, जिन्ना भी समा साडा बीत गया वह गवाच ही गया, वह मुड़ के नहीं आ सकता। चोर मुसै घर जाई, याद रख इस गाफल पुणे का रिजल्ट की होगा। चोर मुसै घर जाई, चोर उस घर नूं पैंदे ने, उन्हूं लुटदे ने, उन्हूं संद लाउंदे ने जिहदे घर वाले गाफल हो, सुते होश ही ना होवे, उन्हां दे घर लुटे जांदे। इसलिए बाणी च लिखिया मनमुख सोए रहे से लूटे, गुरमुख लेप न मासा है, गुरमुख जाग रहे दिन राती, साचे की लेव गुरमत जाती। ये जिहड़ी गुरु की मत है ना, ये सानू सुत्या नू जगाउंदी। अब मन जागत रहो रे भाई, गाफल होए कै जन्म गवायो, चोर मुसै घर जाई, तेरे घर नू चोर लुट रहे ने। हुण आरंभ तो ध्यान दिओ, कबीर जी कहिंदे ने खट नेम कर कोठड़ी बांधी। हुण जे ते खट नेम जोगियां वाले लभीए उहदे बड़ी लंबी चौड़ी गुंझलदार गल है, पर असीं सरल जी गल नाल कम सारदे हाँ कि पंज ज्ञान इंद्रे हन ते एक है मन। खट कहिंदे ने 6 नूं, इन्हां छेयां नूं कठियां करके परमात्मा ने शरीर रूपी कोठड़ी बांधी तैयार कीती। खट नेम कर कोठड़ी बांधी, बांधी का मतलब है बनना, मुढ़ करना, किसी चीज़ की रचना रचनी। बस्त अनूप बीच पाई, फिर शरीर रूपी कोठड़ी के अंदर बस्त अनूप, ये जिहड़ा अनूप अक्षर है ये अखरी अर्थ करने वास्ते संधि छेद करनी पवेगी। अनूप जिस वस्तु के नाल किसी चीज़ की तुलना ना की जा सके, बराबरी ना की जा सके, तशबीह ना दिती जा सके। जिमें आम तौर पर असी किसी भी चीज़ नूं सिद्ध करना हो तो किसी नाल तुलना देने, फलाने दे वस्त्र दुध वर्गे चिट्टे ने, फलानी वस्तु शहद वर्गी मिठी है, फलानी चीज जहर वर्गी कौड़ी है, ये इनू कहिंदे ने उपमा देनी। पर गुरदेव भगत जी कहिंदे ने खट नेम कर कोठड़ी बांधी, बस्त अनूप बीच पाई, इस शरीर रूपी कोठड़ी दे अंदर परमात्मा ने अनूप वस्तु पाई, भाव अपनी जोत इहदे विच टकाई। रोज़ पढ़ते ए शरीरा मेरिया, हर तुम मैं जोत रखी, तां तू जग मैं आया। ये वस्तु अनूप है, परमात्मा की जोत वर्गी होर कोई चीज़ नहीं।
फिर कुंजी कुलफ प्राण कर रखे, कुंजी तुसी आम जान दे। ते कुलफ शब्द जड़ा है ये फारसी का है जिसका अर्थ है जंदरा। ये जड़े प्राण हैं ये मानो जंदरा हैं। खट नेम कर कोठड़ी बंदी, बस्त अनूप बीच पाई, कुंजी कुल्फ प्राण कर रखे, करते बार न लाई। कई विद्वान इसके अर्थ बार का दरवाजा करते दरवाजे करते पर ठुकदा नहीं, क्योंकि बार नाउन है, उन्होंने दरवाजी नहीं कहा जाता, दरवाजा कहा जाता। इतने बार का मतलब है देर। परमात्मा ने इस रचना रचदियाँ देर नहीं लाई, उसकी मौज है, उसने इस शरीर इं बनाया है, ये उन्होंने कोई देर नहीं लगती, बस उन्हें माड़ी जी जिंद पानी ज अपनी जिंद पाई थी, ये होंद आ गई। ये ठीक है कि शरीर नूं बनदिया 6 महीने लगते हैं, पर जिहड़ा इशारा भगत जी कर रहे ने उन्हूं समझना। खट नेम कर कोठड़ी बांधी, बस्त अनूप बीच पाई, कुंजी कुल्फ प्राण कर रखे, करते बार न लाई। उस करते ने इस काम नूं करदिया कोई देर नहीं लाई। ये तो होगी शरीर की रचना। हुण भगत जी फिर कहंदे ने अब मन जागत रहो रे भाई, हे मन जागदा रहो, गाफल होए कह जन्म गवायो, चोर मुसे घर जाई। जन्म दे मम्मी नूं औंकड़ है, समुची आरबल नूं मनुखा जन्म कहा जाता, जन्म तो लैके मरण तक। तो ये जन्म का जिहड़ा समा है ये तू गाफल हो के गवा दिता, ते तेरी इस गाफलता दे कारण तेरे घर नूं चोरां ने लुट लिया। रहाओ पंच पहरुआ, दर मैं रहते तिन का नहीं पतियारा। ये जिहड़ा घर है इस घर की रखवाली वास्ते परमात्मा ने पंज पहरू बनाए ने। पहरू का मतलब है पहरेदार, सिक्योरिटी गार्ड, चौकीदार, संतरी, कुछ भी कह। इन्हां दी ड्यूटी तो यह सी कि इस घर नूं बचाउंदे, पर आंदे ने जे पहरेदार ही चोरां नाल रल जाण ते फिर कोई घर नूं बचा नहीं सकदा। भगत जी कहंदे ने पंच पहरुआ, ये जिहड़े साडे ज्ञान इंद्रे ने पंज, जिन्हां दे राहीं सानू सूचना मिलती है, जिन्हां दे राहीं इस घर नूं लुटण वाले अंदर वड़दे ने। तुसीं आखोगे किवें, बाणी विच समझाया, नैनी नींद पर दृष्ट विकार, श्रवण सोए सुन निंद विचार, रसना सोई लोभ मीठे साध, मन सोया माया विस्माद, इस ग्रह में कोई जागत रह, साबत वस्त ओ अपनी लह। हालांकि पंजे ज्ञान इंद्रे जिन्हां दी ड्यूटी है शब्द स्पर्श रूप रस गंध, कन्न शब्द सुनते हैं, साड़ी जो स्किन तुचा चमड़ी है ये भी सानू तत्ते ठंडे चंगे माड़े का ज्ञान कराउंदी। अखां दे नाल असी सोहणे कसोहणे का निर्णय करते, जीभ दे नाल असी मिठे कौड़े का निर्णय करते, नक नाल असी खुशबू बदबू का निर्णय करते। ये पंजे पहरेदार ने, पर कबीर जी कहंदे ने इन्हां दा भी कोई इतबार नहीं,
ਜੇ ਪਹਿਰੇਦਾਰ ਹੀ ਰਲ ਜਾਣ ਚੋਰਾਂ ਨਾਲ ਤਾਂ ਫਿਰ ਕੋਈ ਘਰ ਬਚਾ ਨਹੀਂ ਸਕਦਾ। ਸੱਜਾਂ ਨੂੰ ਜਦੋਂ ਅੱਖਾਂ ਨਾਲ ਅਸੀਂ ਕਿਸੇ ਦਾ ਰੂਪ ਦੇਖ ਕੇ ਮਨ ਵਿੱਚ ਵਿਕਾਰ ਪੈਦਾ ਕਰਦੇ, ਲੁੱਟੇ ਗਏ, ਜਦੋਂ ਅਸੀਂ ਜ਼ਬਾਨ ਨਾਲ ਚਸਕਿਆਂ ਦੇ ਮਾਰੇ, ਉਹ ਖਾਣਾ ਹੈ, ਉਹ ਨਹੀਂ ਖਾਣਾ, ਉਹ ਖਾਣਾ, ਇਸੇ ਤਰ੍ਹਾਂ ਕੰਨਾਂ ਨਾਲ, ਇਸੇ ਤਰ੍ਹਾਂ ਅੱਖਾਂ ਨਾਲ ਅਸੀਂ ਲੁੱਟੇ ਜਾ ਰਹੇ। ਸੱਚਮੁੱਚ ਜੇ ਮਨੁੱਖੀ ਜੀਵਨ ਨੂੰ ਆਦ ਤੋਂ ਲੈ ਕੇ ਅੰਤ ਤੱਕ ਪੜ੍ਹੋ ਤਾਂ ਲੋਕ ਇਹਨਾਂ ਚਸਕਿਆਂ ਦੇ ਹੀ ਮਾਰੇ ਹੋਏ ਮਰ ਰਹੇ। ਇਸ ਲਈ ਭਗਤ ਜੀ ਸਾਵਧਾਨ ਕਰਦੇ ਨੇ, ਪੰਜ ਪਹੁਰੂਆ ਦਰ ਮੈਂ ਰਹਿਤੇ ਤਿੰਨ ਕਾ ਨਹੀਂ ਪਤੀਆਰਾ। ਇਹਨਾਂ ਦਾ ਕੋਈ ਇਤਵਾਰ ਨਹੀਂ, ਇਹ ਚੋਰਾਂ ਨਾਲ ਰਲ ਜਾਂਦੇ ਨੇ। ਇਹ ਬੜੀ ਵਿਚਾਰ ਦੀ ਗੱਲ ਹੈ। ਫਿਰ ਭਗਤ ਜੀ ਕਹਿੰਦੇ ਚੇਤ ਸੁਚੇਤ ਚਿੱਤ ਹੋਏ ਰਹੋ ਤਾਉ ਲੈ ਪ੍ਰਗਾਸ ਉਜਾਰਾ। ਚੇਤ ਦੇ ਤੱਤੇ ਨੂੰ ਸਿਹਾਰੀ ਹੈ, ਚੇਤਨਾ ਕਰ। ਸੁਚੇਤ ਚਿੱਤ ਹੋਏ ਰਹੋ, ਸੁਚੇਤ ਦਾ ਮਤਲਬ ਹੈ ਸਾਵਧਾਨ, ਸਾਵਧਾਨ ਹੋਇਆ ਰਹੋ ਅਤੇ ਰੱਬ ਨੂੰ ਚੇਤੇ ਕਰ। ਜੇ ਤੂੰ ਸੁਚੇਤ ਹੋ ਕੇ ਆਪਣਾ ਘਰ ਬਚਾਏਗਾ, ਇਹ ਪਹਿਰੇਦਾਰ ਵੀ ਚੇਤਨ ਰਹਿਣ। ਯਾਦ ਰੱਖੋ, ਕਿਸੇ ਵੀ ਮਹਿਕਮੇ ਵਿੱਚ, ਕਿਸੇ ਵੀ ਸੰਸਥਾ ਵਿੱਚ, ਜੇ ਉਸ ਸੰਸਥਾ ਦੇ ਜਿਹੜੇ ਹੈੱਡ ਨੇ, ਇੰਚਾਰਜ ਨੇ, ਉਹ ਹੀ ਚੋਰਾਂ ਨਾਲ ਰਲ ਜਾਣ ਤਾਂ ਫਿਰ ਕੌਣ ਬਚਾ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਤਾਂ ਭਗਤ ਜੀ ਨੇ ਆਪਣਾ ਫਰਜ਼ ਪੂਰਾ ਕਰਦਿਆਂ ਸਾਨੂੰ ਜਗਾਇਆ। ਪੰਜ ਪਹਿਰੂਆ ਦਰ ਮੈਂ ਰਹਿਤੇ ਤਿੰਨ ਕਾ ਨਹੀਂ ਪਤੀਆਰਾ। ਚੇਤ ਸੁਚੇਤ ਚਿੱਤ ਹੋਏ ਰਹੋ ਤਾਉ ਲੈ ਪ੍ਰਗਾਸ ਉਜਾਰਾ। ਜੇ ਤੂੰ ਸਾਵਧਾਨ ਹੋ ਕੇ ਚੇਤੇਂਗਾ, ਫਿਰ ਤੇਰੇ ਅੰਦਰ ਪ੍ਰਗਾਸ ਹੋ ਜਾਏਗਾ, ਤੇਰੇ ਅੰਦਰ ਗਿਆਨ ਹੋ ਜਾਏਗਾ। ਬਸ ਗਿਆਨ ਹੋਣ ਦੇ ਨਾਲ ਫਿਰ ਤੈਨੂੰ ਉਸ ਪਰਮਾਤਮਾ ਦੀ ਹਸਤੀ ਦੀ ਸੋਝ ਆ ਜਾਏ। ਦੇਖੋ ਨਾ, ਜਿਵੇਂ ਹਨੇਰੇ ਵਿੱਚ ਅਸੀਂ ਦੀਵਾ ਬਾਲਦੇ ਹਾਂ, ਅੰਧਿਆਰੇ ਦੀਪਕ ਚਈਏ, ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਆਖਿਆ ਜਦੋਂ ਤੂੰ ਸੁਚੇਤ ਹੋ ਕੇ ਪਰਮਾਤਮਾ ਨੂੰ ਚੇਤੇਂਗਾ, ਫਿਰ ਤੇਰੇ ਅੰਦਰ ਚਾਨਣ ਹੋ ਜਾਏ। ਲਓ ਅਖੀਰ ਵਿੱਚ ਕਹਿੰਦੇ ਨੇ, ਨੌਂ ਕਰ ਦੇਖ ਜੋ ਕਾਮਣ ਭੂਲੀ। ਹੁਣ ਨੌਂ ਗੋਲਕਾਂ ਹਨ ਸਰੀਰ ਦੇ ਅੰਦਰ, ਦੋ ਅੱਖਾਂ ਦੀਆਂ ਮੋਰੀਆਂ, ਦੋ ਕੰਨ ਦੀਆਂ ਮੋਰੀਆਂ, ਦੋ ਨੱਕ ਦੀਆਂ ਮੋਰੀਆਂ, ਇੱਕ ਮੂੰਹ ਦੀ ਮੋਰੀ, ਇੱਕ ਲਿੰਗ ਅਤੇ ਗੁਦਾ। ਇਹ ਨੌਂ ਗੋਲਕਾਂ ਹਨ, ਅਸੀਂ ਸਾਰੇ ਇਹਨਾਂ ਵਿੱਚ ਹੀ ਫਸੇ ਹੋਏ। ਕਾਮਣ ਦਾ ਮਤਲਬ ਹੈ ਜਿੰਦ ਰੂਪੀ ਇਸਤਰੀ। ਨੌਂ ਘਰ ਦੇਖ ਜੋ ਕਾਮਣ ਭੂਲੀ, ਜਿਹੜੀ ਇਹਨਾਂ ਨੌਵਾਂ ਦੇ ਅਧੀਨ ਹੋ ਗਈ। ਬਸ ਸਰੀਰ ਨੂੰ ਪਾਲਣਾ, ਆਹ ਖਾਣਾ, ਆਹ ਨਹੀਂ ਖਾਣਾ, ਆਹ ਪਹਿਨਣਾ, ਆਹ ਨਹੀਂ ਪਹਿਨਣਾ, ਆਹ ਦੇਖ, ਬਸ ਇਹਦੇ 'ਚ ਹੀ ਲੱਗੇ ਰਹੇ। ਨਤੀਜਾ ਕੀ ਨਿਕਲਿਆ? ਬਸਤ ਅਨੂਪ ਨਾ ਪਾਈ। ਉਹ ਜਿਹੜੀ ਪਰਮਾਤਮਾ ਦੀ ਜੋਤ ਸੀ, ਉਹਦਾ ਤਾਂ ਪਤਾ ਹੀ ਨਹੀਂ ਲੱਗਿਆ। ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ। ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਨੇ ਇਹ ਨੌਂ ਘਰ ਕਾਬੂ ਕਰ ਲਏ, ਇਹਨਾਂ ਨੌਂ ਘਰਾਂ ਨੂੰ ਵਸੀਕਰਨ ਕਰ ਲਿਆ, ਉਹਨਾਂ ਨੂੰ ਫਿਰ ਦਸਵੇਂ ਤੱਤ ਸਮਾਈ। ਦਸਵਾਂ ਤੱਤ ਹੈ ਗਿਆਨ ਦਾ ਦਰਵਾਜ਼ਾ। ਉਹਨਾਂ ਨੂੰ ਗਿਆਨ ਹੋ ਗਿਆ ਅਤੇ ਉਹ ਆਪਣੇ ਤੱਤ ਅਸਲੀਅਤ ਦੇ ਨਾਲ ਇੱਕਮਿਕ ਹੋ ਗਏ। ਹੁਣ ਸ਼ਬਦ 'ਤੇ ਇਤਨਾ ਡੂੰਘਾ ਹੈ, ਇਹਨੂੰ ਵਿਚਾਰਨ ਵਾਸਤੇ ਬੜਾ ਸਮਾਂ ਚਾਹੀਦਾ। ਤੋ ਇਹਦੀ ਰਹਾਉ ਦੀ ਪੰਕਤੀ ਯਾਦ ਰੱਖੋ, ਅਬ ਮਨ ਜਾਗਤ ਰਹੁ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।